ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬੀਤੇ ਦਿਨ ਹੀ ਰੀਤ ਨਰੂਲਾ ਅਤੇ ਸੈਮ ਨਰੂਲਾ ਦਾ ਇੱਕ ਸੌਂਗ ਆਇਆ ਗਾ ਗੁੱਡ ਨਿਊਜ਼, ਜਿਹਦੇ ਵਿੱਚ ਫਿਊਚਰਿੰਗ ਕੀਤੀ ਆ ਸੈਮ ਨਰੂਲਾ ਅਤੇ ਰੀਤ ਨਰੂਲਾ ਅਤੇ ਸਾਰੀ ਨਰੂਲਾ ਫੈਮਿਲੀ ਨੇ, ਅਤੇ ਨਾਲ ਦੀ ਨਾਲ ਇਹ ਸੌਂਗ ਆ ਜਿਹੜਾ ਕਿ ਰੋਮੀ ਮਾਨ ਦੁਆਰਾ ਗਾਇਆ ਗਿਆ ਗਾ। ਸੋ ਇਸ ਗਾਣੇ ਦੇ ਵਿੱਚ ਇਹੀ ਦਿਖਾਇਆ ਗਿਆ ਕਿ ਰੀਤ ਨਰੂਲਾ ਦੇ ਬੇਬੀ ਹੋਣ ਵਾਲਾ ਗਾ, ਰੀਤ ਨਰੂਲਾ ਦੀ ਪ੍ਰੈਗਨੈਂਸੀ ਦੇ ਉੱਪਰ ਹੀ ਇਹ ਗਾਣਾ ਸੀਗਾ। ਸੋ ਜਿਸਦੇ ਚੱਲਦਿਆਂ ਹੁਣ ਕੁਝ ਕੁ ਤਸਵੀਰਾਂ ਅਤੇ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀ ਨੇ ਸੈਮ ਨਰੂਲਾ ਦੀ, ਜਿਸਦੇ ਵਿੱਚ ਸੈਮ ਆਪਣੇ ਹੱਥਾਂ ਦੇ ਵਿੱਚ ਇੱਕ ਛੋਟੇ ਜਿਹੇ ਬੇਬੀ ਨੂੰ ਖੜਿਆਉਂਦਾ ਪਿਆ ਹੁੰਦਾ, ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦਿਆਂ ਦੇਖ ਸਕਦੇ ਹੋ। ਇਹਨਾਂ ਤਸਵੀਰਾਂ ਤੋਂ ਲੋਕਾਂ ਨੂੰ ਇੰਝ ਲੱਗਦਾ ਪਿਆ ਕਿ ਰੀਤ ਨਰੂਲਾ ਅਤੇ ਸੈਮ ਨਰੂਲਾ ਦੇ ਘਰ ਬੇਬੀ ਨੇ ਜਨਮ ਲੈ ਲਿਆ ਗਾ, ਕਿਉਂਕਿ ਉਹਨਾਂ ਨੂੰ ਬਹੁਤ ਸਾਰੇ ਮੈਸੇਜ ਅਤੇ ਕਮੈਂਟ ਕੀਤੇ ਜਾ ਰਹੇ ਨੇ, ਜਿਹਦੇ ਉਹ ਇਹੀ ਰਿਪਲਾਈ ਕਰਦੇ ਪਏ ਨੇ ਕਿ ਉਹ ਇੱਕ ਸੌਂਗ ਦੀ ਸ਼ੂਟਿੰਗ ਸੀ। ਅਤੇ ਉੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਜੋ ਇਹ ਬੇਬੀ ਸੈਮ ਨਰੂਲਾ ਨੇ ਆਪਣੇ ਹੱਥਾਂ ਦੇ ਵਿੱਚ ਚੱਕਿਆ ਹੋਇਆ ਗਾ, ਇਹ ਗੁਰਵਿੰਦਰ ਗਿੱਲ ਦੀ ਬੇਬੀ ਗਰਲ ਆ ਗਈ ਜੋ ਉਸਨੇ ਆਪਣੇ ਹੱਥਾਂ ਦੇ ਵਿੱਚ ਚੱਕੀ ਹੋਈ ਹੈਗੀ। ਸੋ ਬਾਕੀ ਤੁਹਾਨੂੰ ਗਾਣਾ ਕਿਵੇਂ ਦਾ ਲੱਗਿਆ ਅਤੇ ਉਸ ਗਾਣੇ ਦੀ ਵੀਡੀਓ ਕਿਵੇਂ ਦੀ ਲੱਗੀ, ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ। ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ 'ਤੇ ਬਣੇ ਰਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਰੱਬ ਰਾਖਾ।